ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਦੀਪ ਸਿੰਘਪੁਰੀਆ। ਜਿਵੇਂ ਪਹਿਲਾਂ ਤੁਹਾਡੇ ਨਾਲ ਵੱਖ ਵੱਖ ਮੁੱਦਿਆਂ ਤੇ ਇੰਟਰਵਿਊ ਲੈ ਕੇ ਆਉਂਦਾ ਮੈਂ, ਅੱਜ ਮੈਂ ਭੋਗਪੁਰ ਵਿਖੇ ਚਰਨਪ੍ਰੀਤ ਚੰਨੀ ਜੀ, ਜੋ ਕਿ ਬਹੁਤ ਪਾਪੂਲਰ ਗਾਇਕ ਹਨ ਤੇ ਵੱਖ ਵੱਖ ਮੇਲਿਆਂ ਤੇ ਤੁਸੀਂ ਇਹਨਾਂ ਨੂੰ ਦੇਖਿਆ ਹੋਊਗਾ, ਤੇ ਮੇਰੇ ਨਾਲ ਨੇ ਚਰਨਪ੍ਰੀਤ ਚੰਨੀ ਜੀ। ਪਹਿਲਾਂ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹ ਰਿਹਾ ਕਿ ਤੁਸੀਂ ਸਿੰਗਿੰਗ ਕਦੋਂ ਸਟਾਰਟ ਕੀਤੀ ਤੇ ਕਿੰਨਾ ਟਾਈਮ ਤੁਹਾਨੂੰ ਇਸ ਲਾਈਨ ਵਿੱਚ ਹੋ ਗਿਆ ਤੇ ਤੁਹਾਡੇ ਉਸਤਾਦ ਕੌਣ ਆ? ਜਿੱਦਾਂ ਜੀ, ਮੈਂ ਤਕਰੀਬਨ ਸ਼ੌਂਕ ਤਾਂ ਜੀ ਸ਼ੁਰੂ ਬਾਤ ਤੋਂ ਸੀਗਾ, ਕਰੋ ਜੀ। ਸ਼ੌਂਕ ਸ਼ੁਰੂ ਤੋਂ ਸੀਗਾ। ਤਕਰੀਬਨ 28-30 ਸਾਲ ਹੋ ਗਏ ਮੈਨੂੰ ਇਸ ਲਾਈਨ ਵਿੱਚ ਆਏ ਨੂੰ, ਅਤੇ ਬੜੀ ਮਿਹਨਤ, ਬੜਾ ਸੰਘਰਸ਼ ਕਰਨਾ ਪਿਆ ਹੁਣ ਤੱਕ, ਅਤੇ ਹਲੇ ਵੀ ਕਰੀ ਜਾਂਦੇ ਜੀ। ਠੀਕ ਹੈ ਜੀ। ਤੇ ਤੁਸੀਂ ਸਿੱਖਿਆ ਸੰਗੀਤ ਦੀ ਕਿਹਨਾਂ ਤੋਂ ਲਈ? ਆਪਣੇ ਗੁਰੂ ਕਿਹਨਾਂ ਨੂੰ ਮੰਨਦੇ ਤੁਸੀਂ? ਹਾਂਜੀ, ਮੈਂ ਸ਼ੁਰੂਆਤ ਜਿਹੜੀ ਸੀਗੀ ਮੇਰੇ ਉਸਤਾਦ ਜੀ ਰਾਮ ਪ੍ਰਕਾਸ਼ ਦੋਸ਼ੀ ਜੀ, ਲੁਧਿਆਣੇ ਵਾਲੇ, ਸਾਡੇ ਕੋਲ ਰਹਿੰਦੇ ਹੁੰਦੇ ਸੀਗੇ। ਠੀਕ ਹੈ ਜੀ। ਫਿਰ ਉਹਨਾਂ ਕੋਲ ਮੈਂ ਸ਼ੁਰੂ ਕੀਤੀ, ਉਹ ਫਿਰ ਉਹ ਚਲ ਗਏ ਲੁਧਿਆਣੇ, ਫਿਰ ਬੜੀ ਲੋੜ ਪਈ। ਉਸ ਤੋਂ ਬਾਅਦ ਮੈਂ ਫਿਰ ਗੁਰੂ ਜੀ ਹੋਣੀ ਜਨਾਬ ਉਸਤਾਦ ਆਨਸਰ ਹੰਸ ਜੀ, ਉਹਨਾਂ ਦੇ ਵਿੱਚ ਚਰਨੀ ਜਾ ਕੇ ਲੱਗਾ, ਫਿਰ ਉਹਨਾਂ ਨੇ ਮੈਨੂੰ ਮੇਰੇ ਤੇ ਹੱਥ ਰੱਖਿਆ ਜੀ। ਠੀਕ ਹੈ। ਤੇ ਉਹਨਾਂ ਨਾਲ ਕਿੱਦਾਂ ਸੁਭਾਅ ਬਣਿਆ, ਹੰਸਰਾਜ ਉਸਤਾਦ ਜੀ ਦੇ ਨਾਲ ਤੁਹਾਡਾ ਕਿੱਦਾਂ ਮੇਲ ਹੋਇਆ? ਇੱਦਾਂ ਜੀ, ਮੈਂ ਫੈਨ ਤਾਂ ਸ਼ੁਰੂ ਤੋਂ ਸੀਗਾ, ਫਿਰ ਸਾਡੇ ਵੱਡੇ ਵੀਰ ਬਹੁਤ ਵਧੀਆ ਐਨਕਰ ਹੈ ਬਲਦੇਵ ਰਾਹੀ ਜੀ, ਫਿਰ ਉਹਨਾਂ ਨਾਲ ਮਿਲਾਇਆ ਜੀ, ਅਤੇ ਜਾ ਕੇ ਦਰਸ਼ਨ ਕੀਤੇ ਉਹਨਾਂ ਨੇ, ਫਿਰ ਲੜ ਲਾਇਆ ਜੀ। ਕਦੋਂ ਕੁ ਦੀ ਗੱਲ ਆ, ਕਿੰਨੇ ਸਾਲ ਪਹਿਲਾਂ ਦੀ ਗੱਲ ਜਦੋਂ ਤੁਸੀਂ ਸਟਾਰਟਿੰਗ ਕੀਤੀ ਗਾਇਕੀ ਦੀ? ਇਹਨੇ ਜੀ ਤਕਰੀਬਨ ਇਸ ਗੱਲ ਨੂੰ 18-20 ਸਾਲ ਹੋ ਗਏ ਜੀ। ਠੀਕ ਹੈ ਜੀ। 20 ਸਾਲ ਤੇ ਬਾਕੀ ਗੱਲਾਂ ਬਾਤਾਂ ਦਾ ਸਿਲਸਿਲਾ ਦੇ ਚੱਲਦਾ ਰਹੋ। ਪਹਿਲਾਂ ਇੱਕ ਕੋਈ ਗੀਤ ਜਿਹੜਾ ਤੁਹਾਡਾ ਬਹੁਤ ਪਾਪੂਲਰ ਹੋਇਆ ਤੇ ਤੁਹਾਡੇ ਦਿਲ ਦੇ ਕਰੀਬ ਆ, ਉਹਦੇ ਬੋਲ ਦੋ ਦਰਸ਼ਕਾਂ ਸਾਹਿਬ, ਦੋ ਬੋਲ। ਠੀਕ ਹੈ ਜੀ। ਇੱਕ ਨਵੀਂ ਟੇਪ ਆਈ ਸੀ ਥੋੜ੍ਹਾ ਚਿਰ ਪਹਿਲਾਂ, ਦੁੱਖ ਸਰ ਨੱਚਦੇ ਪੰਜਾਬੀ, ਅਤੇ ਉਹਦੇ ਵਿੱਚ ਇੱਕ ਪੰਜਾਬੀ ਗੀਤ ਨੂੰ ਸੁਣਾਉਣਾ, ਸੱਭਿਆਚਾਰ ਗੀਤ ਆ। ਉਹ ਪੈਂਦਾ ਭੰਗੜਾ ਤੇ ਨੱਚਦੇ ਪੰਜਾਬੀ, ਗਿੱਧੇ ਵਿੱਚ ਢੋਲ ਵੱਜਦਾ। ਪੈਂਦਾ ਭੰਗੜਾ ਤੇ ਨੱਚਦੇ ਪੰਜਾਬੀ, ਉਹ ਗਿੱਧੇ ਵਿੱਚ ਢੋਲ ਵੱਜਦਾ। ਜਾਗੋ ਸਿਰ ਉੱਤੇ ਰੱਖ ਕੇ ਮਤਾਬੀ, ਸਿਰ ਉੱਤੇ ਰੱਖ ਕੇ ਮਤਾਬੀ, ਪੰਜਾਬੀ ਫਿਰ ਬੜਾ ਜੱਚਦਾ। ਉਹ ਪੈਂਦਾ ਭੰਗੜਾ ਤੇ ਨੱਚਦੇ ਪੰਜਾਬੀ, ਉਹ ਗਿੱਧੇ ਵਿੱਚ ਢੋਲ ਵੱਜਦਾ। ਪੈਂਦਾ ਭੰਗੜਾ ਤੇ ਨੱਚਦੇ ਪੰਜਾਬੀ, ਉਹ ਗਿੱਧੇ ਵਿੱਚ ਢੋਲ ਵੱਜਦਾ। ਬਹੁਤ ਵਧੀਆ। ਤੇ ਤੁਸੀਂ ਜਿੱਦਾਂ ਦੱਸਿਆ ਕਿ ਮੈਨੂੰ ਇੰਨੇ ਸਾਲ ਹੋ ਗਏ ਇਸ ਲਾਈਨ ਦੇ ਵਿੱਚ, ਤੇ ਜਿਵੇਂ ਕਿ ਯੁਕਤੀ ਗਾਇਕੀ ਕਾਫੀ ਮਹਿੰਗੀ ਹੋ ਚੁੱਕੀ ਆ, ਤੇ ਜਿਹਦੇ ਵਿੱਚ ਸਿੱਖਣ ਨਾਲੋਂ ਜ਼ਿਆਦਾ ਪੈਸੇ ਦੀ ਅਹਿਮੀਅਤ ਮੰਨੀ ਜਾਂਦੀ ਹੈ, ਜੇ ਕਿਸੇ ਕੋਲ ਪੈਸਾ ਤੇ ਕੰਪਿਊਟਰਾਈਜ਼ ਸਿਸਟਮ ਹੋ ਗਿਆ, ਕਾਫੀ ਕੁਛ ਕਰ ਹੋ ਜਾਂਦਾ। ਤੇ ਤੁਸੀਂ ਕੀ ਦਰਸ਼ਕਾਂ ਨੂੰ ਦੱਸਣਾ ਕਿ ਯੁਕਤੀ ਗਾਇਕੀ ਜ਼ਿਆਦਾ ਵਧੀਆ ਕਿ ਪੁਰਾਣੀ ਗਾਇਕੀ ਜ਼ਿਆਦਾ ਵਧੀਆ ਸੀ, ਤੇ ਹੁਣ ਦੀ ਗਾਇਕੀ ਤੇ ਪੁਰਾਣੀ ਗਾਇਕੀ 'ਚ ਤੁਹਾਨੂੰ ਕੀ ਫਰਕ ਨਜ਼ਰ ਆਉਂਦਾ? ਇੱਦਾਂ ਜੀ, ਪੁਰਾਣੀ ਗਾਇਕੀ ਤੇ ਹੁਣ ਦੀ ਗਾਇਕੀ ਬਹੁਤ ਫਰਕ ਹੈ ਇਸ ਵੇਲੇ, ਕਿਉਂਕਿ ਗਾਣੇ ਜਿਹੜੇ ਪਹਿਲਾਂ ਸੀ ਉਹ ਆਪਾਂ ਪਰਿਵਾਰ 'ਚ ਬੈਠ ਕੇ ਸੁਣਦੇ ਹੁੰਦੇ ਸੀਗੇ, ਸਾਰਾ ਪਰਿਵਾਰ ਸੁਣ ਸਕਦਾ ਸੀ। ਹੁਣ ਕੁਛ ਗਾਣੇ ਇੱਦਾਂ ਦੇ ਆ ਜਿਹੜੇ ਆਪਾਂ ਨਹੀਂ ਸੁਣ ਸਕਦੇ, ਵੀਡੀਓ ਕੁਛ ਇੱਦਾਂ ਦੇ ਬਣਦੇ ਆ, ਅਤੇ ਕੁਛ ਕਲਾਕਾਰ ਹੁਣ ਵੀ ਹੈਗੇ ਜੋ ਵਧੀਆ ਗਾਣੇ ਗਾਉਂਦੇ ਆ ਅਤੇ ਵਧੀਆ ਵੀਡੀਓ ਬਣਾਉਂਦੇ ਆ, ਪਰ ਕੁਛ ਜਿਹੜੇ ਆ ਉਹ ਲੁੱਕ ਕੇ ਨਹੀਂ ਪਸੰਦ ਕਰਦੇ, ਅਸੀਂ ਵੀ ਨਹੀਂ ਪਸੰਦ ਕਰਦੇ, ਉਹਨਾਂ ਨੂੰ ਚਾਹੀਦਾ ਵੀ ਚਲੋ ਇਹੋ ਜਿਹੇ ਵੀਡੀਓ ਬਣਨ ਜਿਹੜੇ ਘਰ ਪਰਿਵਾਰ 'ਚ ਬੈਠ ਕੇ ਸੁਣੇ ਜਾਣ, ਵੀ ਟੀਵੀ ਪਰ ਉੱਠ ਕੇ ਕਿਸੇ ਨੂੰ ਜਾਣਨ ਪਵੇ ਮਤਲਬ ਵੀ ਕਿੱਦਾਂ ਦਾ ਸੀਨ ਆ ਗਿਆ। ਠੀਕ ਹੈ ਜੀ। ਹਾਂਜੀ। ਤੇ ਤੁਸੀਂ ਜਦੋਂ ਸਟਾਰਟਿੰਗ ਕੀਤੀ ਸਿੰਗਿੰਗ ਦੀ, ਜੀ ਤੁਹਾਨੂੰ ਕਿੰਨਾ ਸਟਰਗਲ ਕਰਨਾ ਪਿਆ, ਤੇ ਤੁਹਾਡਾ ਪਹਿਲਾ ਗੀਤ ਕਦੋਂ ਰਿਕਾਰਡ ਹੋਇਆ ਸੀ? ਕਿ ਪਹਿਲਾਂ ਜਿੱਦਾਂ ਅੱਜ ਕੱਲ੍ਹ ਪਹਿਲਾਂ ਰਿਕਾਰਡ ਹੁੰਦਾ ਫਿਰ ਪ੍ਰੋਗਰਾਮ ਲੱਗਦੇ, ਤੁਸੀਂ ਪਹਿਲਾਂ ਪ੍ਰੋਗਰਾਮ ਲਾਉਣੇ ਸ਼ੁਰੂ ਕਰਤੇ ਸੀ, ਗੀਤ ਰਿਕਾਰਡ ਤੁਹਾਡਾ ਬਾਅਦ ਵਿੱਚ ਹੋਇਆ, ਇਹਦੇ ਬਾਰੇ ਕੁਛ? ਨਹੀਂ, ਮੈਂ 10-12-15 ਸਾਲ ਪਹਿਲਾਂ ਸਟੇਜਾਂ 'ਤੇ ਮਤਲਬ ਸੱਭਿਆਚਾਰਕ ਮੇਲਿਆਂ ਵਿੱਚ, ਜਿੱਦਾਂ ਨਹਿਰੂ ਯੁਵਾ ਕੇਂਦਰ 'ਚ ਬਹੁਤ ਫੰਕਸ਼ਨ ਵੱਡੇ ਵੱਡੇ ਹੁੰਦੇ ਸੀ, ਮੈਂ ਕੀਤੇ ਆ ਪੰਜਾਬ ਯੁਵਕ ਸਭਾਵਾਂ, ਇੱਦਾਂ ਸਰਕਾਰੀ ਫੰਕਸ਼ਨ ਸਕੂਲਾਂ ਦੇ ਬਹੁਤ ਸੀਗੇ, ਕਾਲਜਾਂ ਦੇ ਬਾਅਦ ਕਾਲਜ ਲੈਣ, ਸਕੂਲਾਂ 'ਚ ਬੜਾ ਗਾਇਆ, ਕਾਲਜ 'ਚ ਬੜਾ ਗਾਇਆ। ਫਿਰ ਉਸ ਤੋਂ ਬਾਅਦ ਤਕਰੀਬਨ ਮੁੜ ਕੇ 10-12 ਸਾਲ ਗਾਉਣ ਤੋਂ ਬਾਅਦ ਮੁੜ ਕੇ ਫਿਰ ਪ੍ਰੋਮ ਬਣਿਆ ਕਿ ਗਾਣੇ ਮੈਂ ਕੱਢੇ, ਫਿਰ ਰਿਕਾਰਡ ਹੋਇਆ ਗੀਤ ਮੇਰੇ। ਠੀਕ ਹੈ ਜੀ। ਅਤੇ ਤੁਸੀਂ ਪੁਰਾਣੇ ਸਿੰਗਰਾਂ ਦੇ ਵਿੱਚੋਂ ਜਿੱਦਾਂ ਦੱਸਿਆ ਕਿ ਤੁਸੀਂ ਹੰਸਰਾਜ ਹੰਸ ਜੀ ਕੋਲ ਸਿੱਖਿਆ ਅਤੇ ਉਹਨਾਂ ਨੂੰ ਸੁਣਦੇ, ਹੋਰ ਕਿਹੜੇ ਸਿੰਗਰ ਹੈ ਜਿਨ੍ਹਾਂ ਨੂੰ ਤੁਸੀਂ ਸੁਣਨਾ ਪਸੰਦ ਕਰਦੇ ਆ ਪੁਰਾਣੇ ਸਿੰਗਰਾਂ ਦੇ ਵਿੱਚੋਂ? ਜਿੱਦਾਂ ਮਾਨਯੋਗ ਇਸ ਵਰਗੇ ਕੁਲਦੀਪ ਮਾਣਕ ਜੀ, ਅਤੇ ਸੁਰਿੰਦਰ ਸ਼ਿੰਦਾ ਜੀ ਆ, ਪਾਲੀ ਦੇਤ ਵਾਲੀਆ ਜੀ ਆ, ਅਤੇ ਜਨਾਬ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ, ਕਿਉਂਕਿ ਸੂਫੀ ਦੇ ਮੁੱਢ ਆ ਉਹ, ਅਤੇ ਬਾਬਾ ਬੋੜ ਆ ਉਹ ਸੂਫੀ ਦੇ, ਆਪਾਂ ਨੂੰ ਬੜਾ ਸੁਣਦੇ ਆ, ਅਤੇ ਸੂਫੀ ਆਪਾਂ ਨੂੰ ਖੁਦ ਵੀ ਸੂਫੀ ਗਾਉਣਾ ਹੁੰਦਾ। ਠੀਕ ਹੈ ਜੀ। ਅਤੇ ਤੁਸੀਂ ਹੁਣ ਤੱਕ ਕਿੰਨੇ ਗੀਤ ਰਿਕਾਰਡ ਤੁਹਾਡੇ ਹੋ ਚੁੱਕੇ ਆ, ਅਤੇ ਕਿਸ ਗੀਤਕਾਰ ਦੇ ਤੁਸੀਂ ਗੀਤ ਜ਼ਿਆਦਾ ਗਾਏ? ਕੈਸਟਾਂ ਪਹਿਲਾਂ ਟੇਪਾਂ ਚੱਲਦੀਆਂ ਹੁੰਦੀਆਂ ਸੀ, ਕਾਫੀ ਟੇਪਾਂ ਆਈਆਂ, ਉਦਾਂ ਤਕਰੀਬਨ
18 ਕਿ 20 ਦੇ ਲੱਗੇ ਛੱਗੇ ਟੇਪਾਂ ਆਈਆਂ ਮੇਰੀਆਂ ਜੀ। ਠੀਕ ਹੈ ਜੀ। ਤੇ ਡੀਵੀਡੀਆਂ ਵੀ ਆਈਆਂ, ਜਿਹੜੀ ਹੁਣ ਨਵੀਂ ਆਈ ਸੀ ਨੱਚਦੇ ਪੰਜਾਬੀ, ਇੱਕ ਮਾਤਾ ਸਾਡੇ ਮਹਿੰਦਰਜੀਤ ਕੌਰ ਥਿਆੜਾ ਜੀ ਜੋ USA ਰਹਿੰਦੇ ਆ ਉਹਨਾਂ ਦੇ ਗੀਤ ਲਿਖੇ ਆ ਤੇ ਐਤਕੀ ਮੈਂ ਗਾਏ ਗੀਤ। ਹਾਂਜੀ ਠੀਕ ਹੈ ਜੀ। ਤੇ ਜਿਵੇਂ ਕਿ ਪਹਿਲਾਂ ਕੈਸਟਾਂ ਦਾ ਯੁੱਗ ਸੀ, ਫਿਰ CD ਯੁੱਗ ਆਇਆ ਤੇ ਹੁਣ ਇੰਟਰਨੈਟ ਯੁੱਗ ਆ ਗਿਆ, ਤੇ ਇਹਨਾਂ ਤਿੰਨਾਂ ਯੁੱਗਾਂ ਦੇ ਵਿੱਚ ਉਹਦੀ ਤੁਸੀਂ ਲੰਘ ਕੇ ਹੁਣ ਇੰਟਰਨੈਟ ਦੇ ਯੁੱਗ ਤੱਕ ਵੀ ਪਹੁੰਚੇ ਆ ਤੁਸੀਂ, ਤੇ ਤੁਹਾਨੂੰ ਕੀ ਡਿਫਰੈਂਟ ਲੱਗਦਾ ਇਹਨਾਂ ਵਿੱਚੋਂ? ਕਿ ਅੱਗੇ ਜਿਵੇਂ ਲੋਕ ਕੈਸਟ ਦੀ ਉਡੀਕ ਕਰਦੇ ਸੀ ਕਿ ਫਲਾਣੇ ਸਿੰਗਰ ਦੀ ਕੈਸਟ ਆ ਰਹੀ ਆ, ਤੇ ਕਿੱਥੇ ਹੁਣ ਇੰਟਰਨੈਟ ਤੋਂ ਸਭ ਕੁਛ ਫ੍ਰੀ 'ਚ ਡਾਊਨਲੋਡ ਲਈ ਤੁਹਾਨੂੰ ਮਿਲ ਰਿਹਾ ਆ, ਤੇ ਇਹਦੇ ਵਿੱਚ ਤੁਹਾਨੂੰ ਕੀ ਅੰਤਰ ਨਜ਼ਰ ਆ ਰਿਹਾ ਕਿ ਉਹ ਵਧੀਆ ਵੇਲਾ ਸੀ ਹੁਣ ਆਹ ਵਾਲਾ ਵਧੀਆ, ਇਹਦੇ ਬਾਰੇ ਕੀ? ਇੱਦਾਂ ਜੀ, ਉਹ ਸਮੇਂ ਹਿਸਾਬ ਨਾਲ ਉਹ ਸਹੀ ਸੀਗਾ, ਅਤੇ ਹੁਣ ਜਿੱਦਾਂ ਜ਼ਮਾਨਾ ਬੜਾ ਐਡਵਾਂਸ ਆ ਸਮੇਂ ਇਸ ਵੇਲੇ, ਅਤੇ ਇਹਦੇ ਹਿਸਾਬ ਨਾਲ ਇਹ ਸਹੀ ਆ। ਅੱਗੇ ਪੂਰੀ ਕੈਸਟ ਕਰਨੀ ਪੈਂਦੀ ਸੀ, ਬੜੀ ਮਿਹਨਤ ਕਰਨੀ ਪੈਂਦੀ ਸੀ। ਹੁਣ ਤਾਂ ਇੱਕ ਗਾਣਾ ਸਿੰਗਲ ਟਰੈਕ ਕਰੋ ਅਤੇ ਨੈੱਟ 'ਤੇ ਪਾ ਦਿਓ, ਚਲੋ ਯੂਟਿਊਬ 'ਤੇ ਪਾ ਦਿਓ, ਲੋਕ ਲਾਈਕ ਕਰਦੇ ਆ, ਪਸੰਦ ਕਰਦੇ, ਵਧੀਆ ਲੱਗਦਾ, ਫਿਰ ਗਾਣਾ ਚੱਕ ਲੈਂਦੇ ਆ। ਅਤੇ ਹੁਣ ਦੇ ਹਿਸਾਬ ਨਾਲ ਇਹ ਸਹੀ ਆ, ਅਤੇ ਪਹਿਲੇ ਸਾਨੂੰ ਉਹ ਸਹੀ ਸੀਗਾ ਸਮਾਂ। ਅਤੇ ਤੁਹਾਨੂੰ ਕਦੀ ਵਿਦੇਸ਼ ਜਾਣ ਦਾ ਵੀ ਮੌਕਾ ਮਿਲਿਆ? ਹਾਂਜੀ ਹਾਂਜੀ ਬਿਲਕੁਲ ਜੀ, ਮੈਂ ਅਮੈਰੀਕਾ ਵੀ ਜਾਇਆ ਜੀ, ਇਟਲੀ ਜਾ ਕੇ ਆਇਆ, ਫਿਰ ਹਾਂਗਕਾਂਗ, ਬੈਂਕਾਕ, ਦੁਬਈ, ਸ਼੍ਰੀਲੰਕਾ ਵੀ ਗਿਆ, ਹੁਣ ਫਿਰ ਸਾਡਾ ਰੂਮ ਬਣਦਾ ਜਾਣਦਾ ਜੀ। ਕਿੱਦਾਂ ਦਾ ਰਿਸਪੋਂਸ ਮਿਲਿਆ ਉੱਥੇ ਦੇ ਸਰੋਤਿਆਂ ਤੋਂ? ਹਾਂਜੀ ਬਹੁਤ ਵਧੀਆ ਜੀ, ਬੜਾ ਪਸੰਦ ਕਰਦੇ ਆ ਆਪਣੇ ਜਿਹੜੇ ਪੰਜਾਬੀ ਗਾਏ ਜਾਂਦੇ ਆ, ਉਧਰਲੇ ਸਰੋਤੇ ਜਿਹੜੇ ਆਪਣੇ ਇੱਧਰੋਂ ਗਏ ਉਹ ਵੀ ਉਹ ਆਪਣੇ ਪੰਜਾਬੀ ਭਰਾਵਾਂ ਨੂੰ ਗਾਣਿਆਂ ਨੂੰ ਬੜਾ ਪਸੰਦ ਕਰਦੇ ਆ, ਬਹੁਤ ਮਾਣ ਇਸ ਤਰ੍ਹਾਂ ਮਿਲਦੇ ਆ। ਹੋਰ ਕੁਛ ਦਰਸ਼ਕਾਂ ਨੂੰ ਕੁਛ ਤੁਸੀਂ ਕੋਈ ਗੱਲ ਸਾਂਝੀ ਕਰਦੇ ਚਾਹ ਰਹੇ ਹੋ ਆਪਣੇ ਕੋਈ ਜੀਵਨ ਨਾਲ ਜੁੜੀ ਹੋਈ, ਕੋਈ ਭੁੱਲ ਯਾਦ ਤੁਹਾਡੀ ਜੋ ਤੁਸੀਂ ਦਰਸ਼ਕਾਂ ਦੇ ਸਾਹਮਣੇ ਦੱਸਣੀ ਚਾਹ ਰਹੇ ਹੋ? ਜੀ ਮੈਂ ਤਕਰੀਬਨ ਜ਼ਿੰਦਗੀ ਦਾ ਇੱਕ ਹੁਣ ਤੇ ਤਜਰਬੇ ਤੇ ਹੁਣ ਦੇ ਤੱਕ ਮੇਰਾ ਇੱਕੋ ਪ੍ਰੋ ਏਡਾ ਕੁ ਵੱਡਾ ਪ੍ਰੋ ਸੀ, ਮੈਂ ਬੰਬੇ ਜਾਣ ਦਾ ਮੌਕਾ ਮਿਲਿਆ ਸੰਗਲੀ ਮੁੰਬਈ, ਤੇ ਤਕਰੀਬਨ ਉੱਥੇ ਉਹਨੂੰ ਮੈਂ ਪੁੱਛਿਆ, ਕਹਿੰਦੇ 2 ਕੁ ਲੱਖ ਤੋਂ ਉੱਪਰ ਇਕੱਠ ਆ। ਠੀਕ ਹੈ ਜੀ। ਅਤੇ ਮੈਂ ਜਦੋਂ ਕਿ ਉੱਥੇ ਗੀਤ ਗਾਇਆ ਅਤੇ ਮੈਂ ਗਾਣੇ ਗਾਏ, ਪੰਜਾਬੀ ਵੀ ਗਾਣੇ ਪਾਏ, ਹਿੰਦੀ ਵੀ ਗਾਣੇ ਗਾਏ, ਅਤੇ ਉਹਨਾਂ ਲੋਕਾਂ ਨੇ ਇੰਨਾ ਮਤਲਬ ਵੀ ਇੰਜੋਏ ਕੀਤਾ, ਭੰਗੜਾ ਪਾਇਆ ਉੱਥੇ। ਲਤਾ ਮੰਗੇਸ਼ਕਰ ਜੀ, ਆਸਾ ਆਸ਼ਾ ਭੋਂਸਲੇ ਜੀ, ਅਨੂਪ ਜਲੋਟਾ ਜੀ, ਬਹੁਤ ਕਲਾਕਾਰ, ਫਿਲਮ ਕਲਾਕਾਰ ਸੀ, ਉਹ 'ਚ ਮੇਰਾ ਵੀ ਟਾਈਮ ਸੀਗਾ। ਠੀਕ ਹੈ ਜੀ। ਅਤੇ ਪਰ ਉਹ ਇੰਨੀ ਦੁਨੀਆ ਨੇ ਮਤਲਬ ਵੀ ਨੱਚ ਨੱਚ ਕੇ ਮਜ਼ਾ ਲਿਆ, ਵੀ ਉਸ ਤੋਂ ਬਾਅਦ ਸਵੇਰ ਨੂੰ ਵੀ ਜਿੰਨੀਆਂ ਖਬਰਾਂ ਬੰਬੇ ਦੀਆਂ ਸੰਗਲੀਆਂ ਸੀ ਉਹ 'ਚ ਸਭ ਮੇਰਾ ਹੀ ਸੀਗਾ। ਉਹ ਮੈਂ ਫਿਰ ਪ੍ਰੋਗਰਾਮ ਤੋਂ ਬਾਅਦ ਮੈਂ ਜਾ ਕੇ ਨਾ ਹੋਟਲ ਵਿੱਚ, ਆਪਣੀ ਪੂਰੀ ਟੀਮ ਸੀ, ਮੈਂ ਇੰਨੀ ਖੁਸ਼ੀ ਖੁਸ਼ੀ ਦੇ ਵਿੱਚ ਰੋ ਪਿਆ ਵੀ ਮਤਲਬ ਇੰਨਾ ਮਤਲਬ ਇਜਤਮਾਨ ਇਸ ਮਤਲਬ ਦਿੱਤਾ ਮਾਲਕ ਨੇ ਗਾਇਕ ਨੂੰ, ਇੱਕ ਗਾਉਣ ਵਾਲੇ ਨੂੰ। ਅਤੇ ਚਲੋ ਮਾਲਕ ਜੋ ਬੰਦਾ ਚੰਗਾ ਗਾਉਂਦਾ ਆ ਜਾਂ ਕੋਈ ਵੀ ਆ, ਉਹਨੂੰ ਉਹਦਾ ਮਿਹਨਤ ਦਾ ਫਲ ਜ਼ਰੂਰ ਮਿਲਦਾ ਆ, ਅਤੇ ਮਾਲਕ ਚਲੋ ਸਭ 'ਤੇ ਕਿਰਪਾ ਕਰੇ। ਠੀਕ ਹੈ ਜੀ। ਅਤੇ ਤੁਸੀਂ ਆਪਣੇ ਇੱਕ ਕੋਈ ਗੀਤ ਹੋਰ ਕੋਈ ਜੋ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨਾ ਚਾਹ ਰਹੇ ਹੋ? ਠੀਕ ਹੈ ਜੀ। ਇੱਕ ਨਵੀਂ ਪੰਜੀ ਟੇਪ ਵਿੱਚ ਹੋਗਾ ਵੀ ਉਹ 'ਚ ਧੀਆਂ ਬਾਰੇ ਗੀਤ ਆ, ਵੀ ਜਦੋਂ ਆਪਾਂ ਧੀ ਦਾ ਵਿਆਹ ਕਰਦੇ ਹਾਂ ਵੀ ਮਾਪੇ ਉਸ ਵੇਲੇ ਸ਼ਾਮ ਦਾ ਟਾਈਮ ਹੁੰਦਾ, ਧੀ ਨੂੰ ਰੋਲੀ ਪਾਉਂਦੇ ਆ, ਅਤੇ ਉਸ ਵੇਲੇ ਦਾ ਗੀਤ ਆਏ, ਉਹ ਵੀ ਮਹਿੰਦਰਜੀਤ ਕੌਰ ਸਿਆੜਾ ਲੇਡੀਜ਼ ਆ, ਉਹ ਵੀ ਗਾਣੇ ਲਿਖਦੇ, ਉਹਨਾਂ ਕੀ ਲਿਖਿਆ ਟੇਪ ਵਿੱਚੋਂ। ਅੰਮੀਏ ਨੀ ਤੇਰੇ ਦਿਲ ਦਾ ਟੁਕੜਾ, ਅੰਮੀਏ ਨੀ ਤੇਰੇ ਦਿਲ ਦਾ ਟੁਕੜਾ, ਅੱਜ ਕੋਈ ਹੋਰ ਲੈ ਚੱਲਿਆ, ਆ ਜਾ ਗਲ ਲੱਗ ਮਿਲ ਲੈ ਧੀ ਨੂੰ, ਅੱਜ ਵਿਛੋੜਾ ਪੈ ਚੱਲਿਆ, ਆ ਜਾ ਗਲ ਲੱਗ ਮਿਲ ਲੈ ਧੀ ਨੂੰ, ਅੱਜ ਵਿਛੋੜਾ ਪੈ ਚੱਲਿਆ। ਅੰਮਾ ਜਾਏ ਮੇਰੇ ਵੀਰ ਪਿਆਰੇ, ਰਹਿਣੇ ਵਸਦੇ ਮਹਿਲ ਮੁਨਾਰੇ, ਅੰਮਾ ਜਾਏ ਮੇਰੇ ਵੀਰ ਪਿਆਰੇ, ਰਹਿਣੇ ਵਸਦੇ ਮਹਿਲ ਮੁਨਾਰੇ, ਬਾਪੂ ਮੇਰਾ ਮੋਰੀ ਕਰਦਾ, ਬਾਪੂ ਮੇਰਾ ਮੋਰੀ ਕਰਦਾ, ਹੌਸਲਾ ਢਾ ਕੇ ਬਹਿ ਚੱਲਿਆ, ਆ ਜਾ ਗੜ ਲੱਗ ਮਿਲ ਲੈ ਧੀ ਨੂੰ, ਅੱਜ ਵਿਛੋੜਾ ਪੈ ਚੱਲਿਆ, ਆ ਜਾ ਗੜ ਲੱਗ ਮਿਲ ਲੈ ਧੀ ਨੂੰ, ਅੱਜ ਵਿਛੋੜਾ ਪੈ ਚੱਲਿਆ। ਬਹੁਤ ਵਧੀਆ। ਤੇ ਹੁਣ ਜਾਂਦੇ ਜਾਂਦੇ ਕੋਈ ਸੁਨੇਹਾ ਦਰਸ਼ਕਾਂ ਨੂੰ? ਦੇਖੋ ਦਰਸ਼ਕ ਅੱਜ ਕੱਲ੍ਹ ਦੇ ਬਹੁਤ ਸਮਝਦਾਰ ਆ, ਸੂਝਵਾਨ ਐਡਵਾਂਸ ਆ, ਤੋ ਆਪਣੀ ਇੱਕੋ ਹੀ ਬੇਨਤੀ ਹੈ ਕਿ ਚੰਗੇ ਹੀ ਕਲਾਕਾਰ ਨੂੰ ਸੁਣੋ, ਚੰਗੇ ਗਾਣੇ ਸੁਣੋ, ਕਿਉਂ ਕਲਾਕਾਰ ਵੀ ਚੰਗੇ ਗਾਣੇ ਗਾਉਣ, ਤਾਂ ਹੀ ਜੇ ਚੰਗਾ ਸੁਣਨਗੇ ਲੋਕ ਚੰਗਾ ਗਾਉਣਗੇ ਕਲਾਕਾਰ। ਠੀਕ ਹੈ ਜੀ, ਧੰਨਵਾਦ, ਮਿਹਰਬਾਨੀ। ਅਤੇ ਮੇਰੇ ਨਾਲ ਸੀ ਚਰਨਪ੍ਰੀਤ ਚੰਨੀ ਜੀ, ਅਤੇ ਮੈਂ ਤੁਹਾਡਾ ਅਮਰਦੀਪ ਸਿੰਘਪੁਰੀਆ, ਅਤੇ ਇਸੇ ਤਰ੍ਹਾਂ ਇੰਟਰਵਿਊ ਨੂੰ ਜੋ ਵੀ ਮੈਂ ਤੁਹਾਡੇ ਸਨਮੁਖ ਲਿਆਉਣਾ ਉਹਨੂੰ ਪਿਆਰ ਦਿੰਦੇ ਰਹੋ, ਅਤੇ ਮੇਰੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ